ਹੈਲੋ ਨਮਸਤੇ ਸਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਦੇ ਚੈਨਲ ਅਨਪਲਾਨਡ ਆਈਡੀ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਕੋਈ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਅੱਜ ਮੈਂ ਆਪਦੀ ਇੱਕ ਨਿਊ ਸੀਰੀਜ਼ ਸਟਾਰਟ ਕਰ ਰਿਹਾ ਹਾਂ ਜਿਦੇ ਵਿੱਚ ਕੀ ਇੰਡੀਆ ਟੂ ਕੈਨੇਡਾ ਮੂਵ ਹੋਣ ਦਾ ਪੂਰਾ ਪ੍ਰੋਸੈਸ ਮੈਂ ਐਕਸਪਲੇਨ ਕਰੂੰਗਾ ਕਿ ਕਿਸ ਤਰੀਕੇ ਦੇ ਡਿਸੀਜਨਸ ਤੁਹਾਨੂੰ ਲੈਣੇ ਚਾਹੀਦੇ ਆ ਮੈਂ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਗਾਈਡ ਕਰੂੰਗਾ ਤੇ ਆਈ ਮਸਟ ਐਡਵਾਈਸ ਯੂ ਕਿ ਤੁਸੀਂ ਇਹਨੂੰ ਇੱਕ ਵਾਰ ਸੋਚ ਸਮਝ ਕੇ ਦੇਖ ਕੇ ਪਰਖ ਕੇ ਕਿਸੇ ਨਾਲ ਡਿਸਕਸ ਕਰਨ ਤੋਂ ਬਾਅਦ ਹੀ ਆਪਦੇ ਉੱਤੇ ਇੰਪਲੀਮੈਂਟ ਕਰਿਓ ਮੇਬੀ ਮੈਂ ਗਲਤ ਹੋ ਸਕਦਾ ਹਾਂ ਬਟ ਮੈਂ ਜਿਹੜੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਾਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਚੀਜ਼ਾਂ ਗਾਈਡ ਕਰੂੰਗਾ ਉਹ ਮੈਂ ਤਿੰਨ ਚਾਰ ਬੰਦਿਆਂ ਨਾਲ ਡਿਸਕਸ ਕਰਨ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਐਕਸਪਲੇਨ ਕਰੂੰਗਾ ਸੋ ਅ ਅੱਜ ਦਾ ਪਹਿਲਾ ਐਪੀਸੋਡ ਹੈ ਤੇ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਦੀ ਡਿਸਕਸ਼ਨ ਕਰਨੀ ਆ ਉਹ ਕਰਨੀ ਹੈਗੀ ਆ ਇੰਟਰੋਡਕਸ਼ਨ ਟੂ ਥਿਸ ਸੀਰੀਜ਼ ਸੋ ਇਸ ਸੀਰੀਜ਼ ਦੇ ਵਿੱਚ ਆਪਾਂ ਕੀ ਕੁਝ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਚੀਜ਼ ਆਪਾਂ ਡਿਸਕਸ ਕਰਾਂਗੇ ਉਹ ਕਰਾਂਗੇ ਕਿ ਵਾਈ ਯੂ ਸ਼ੁਡ ਮੂਵ ਟੂ ਕੈਨੇਡਾ ਕਾਦੇ ਲਈ ਕਿਉਂ ਤੁਹਾਨੂੰ ਮੂਵ ਹੋਣਾ ਚਾਹੀਦਾ ਹੈ ਕੈਨੇਡਾ ਲਈ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਚ ਆਉਣਾ ਚਾਹੀਦਾ ਹੈ ਤੁਹਾਨੂੰ ਆਪਦੀ ਕਿਸ ਟਾਈਮ ਦੇ ਉੱਤੇ ਆਉਣਾ ਚਾਹੀਦਾ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਕੈਨੇਡਾ ਮੂਵ ਹੋਣ ਦੇ ਕੁਝ ਇੰਪੋਰਟੈਂਟ ਰੀਜ਼ਨਸ ਨੇ ਮੇਬੀ ਇਹ ਵੈਰੀ ਕਰ ਸਕਦੇ ਆ ਮੇਰੇ ਤੇ ਵੀ ਇੰਪਲੀਮੈਂਟੇਸ਼ਨ ਹੋ ਸਕਦੀ ਹੈ ਇਹਨਾਂ ਦੀ ਹੋ ਸਕਦਾ ਮੇਰੇ ਜਿਹੜੇ ਮੇਰੇ ਥਾਟਸ ਨੇ ਉਹ ਤੁਹਾਡੇ ਲਈ ਨਾ ਇੰਪਲੀਮੈਂਟ ਹੁੰਦੇ ਹੋਣ ਤਾਂ ਤੁਹਾਡਾ ਕੁਝ ਜਿਹੜਾ ਇਹਦੇ ਤੇ ਵਿਚਾਰ ਹੈ ਉਹ ਤੁਹਾਡਾ ਕੁਝ ਹੋਰ ਹੋਵੇ ਸੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਨੇਡਾ ਮੂਵ ਹੋਣ ਦੇ ਆਪਾਂ ਨੂੰ ਬੈਨੀਫਿਟਸ ਕੀ ਨੇ ਸਭ ਨਾਲੋਂ ਪਹਿਲਾ ਜਿਹੜਾ ਬੈਨੀਫਿਟਸ ਹੈ ਉਹ ਹੈਗਾ ਸਟੈਂਡਰਡ ਆਫ ਲੀਵਿੰਗ ਇੰਡੀਆ ਦੇ ਵਿੱਚ ਸਭ ਕੁਝ ਹੈ ਫੈਮਲੀ ਹੈ ਸਭ ਨਾਲੋਂ ਇੰਪੋਰਟੈਂਟ ਚੀਜ਼ ਹੈ ਦੈਟਸ ਫੈਮਲੀ ਆਪਣਾ ਰੈਂਟ ਸੈਂਡ ਬਹੁਤ ਵਧੀਆ ਖਾਣਾ ਪੀਣਾ ਬਹੁਤ ਵਧੀਆ ਹੈ ਹਰ ਇੱਕ ਚੀਜ਼ ਆਪਣੇ ਕੋਲੇ ਬਟ ਇੰਡੀਆ ਦੇ ਵਿੱਚ ਲਿਵਿੰਗ ਸਟੈਂਡਰਡ ਬਹੁਤ ਲੋ ਹੈ ਰੀਜ਼ਨ ਉਹਦੇ ਪਿੱਛੇ ਕੀ ਹੈ ਇਨਕਮ ਘਟ ਹੈ ਤੇ ਐਕਸਪੈਂਸਸ ਉਸ ਹਿਸਾਬ ਨਾਲ ਜ਼ਿਆਦਾ ਹੈ ਜੇ ਆਪਾਂ ਇਸ ਚੀਜ਼ ਨੂੰ ਕੰਪੇਅਰ ਕਰੀਏ ਕੈਨੇਡਾ ਦੇ ਨਾਲ ਤਾਂ ਕੈਨੇਡਾ ਦੇ ਵਿੱਚ ਇਨਕਮ ਜ਼ਿਆਦਾ ਹੈ ਬੇਸ਼ੱਕ ਐਕਸਪੈਂਸਸ ਉਹਦੇ ਬਰਾਬਰ ਹੀ ਹੈ ਬਟ ਦੋਵੇਂ ਚੀਜ਼ਾਂ ਇੱਕ ਦੂਜੀ ਚੀਜ਼ ਨੂੰ ਬੈਲੈਂਸ ਕਰਦੀਆਂ ਸੋ ਸਭ ਤੋਂ ਪਹਿਲਾ ਰੀਜ਼ਨ ਹੈ ਕਿ ਥੋੜਾ ਸਟੈਂਡਰਡ ਆਫ ਲੀਵਿੰਗ ਹੈ ਜਿਹੜਾ ਉਹ ਕਿਵੇਂ ਹੈ ਤੁਸੀਂ ਇੱਥੇ ਜਸਟ ਟਾਈਪ ਦਾ ਫੋਨ ਚਾਹੋ ਤੁਸੀਂ ਕਦੋਂ ਮਰਜ਼ੀ ਬਾਏ ਕਰ ਸਕਦੇ ਹੋ ਗਵਰਨਮੈਂਟ ਤੁਹਾਨੂੰ ਇੰਨੀ ਫਲੈਕਸੀਬਿਲਟੀ ਦਿੰਦੀ ਹੈ ਕਿ ਤੁਸੀਂ ਆਪਦਾ ਕ੍ਰੈਡਿਟ ਕਾਰਡ ਦੇ ਉੱਤੇ ਕ੍ਰੈਡਿਟ ਕਾਰਡ ਦੇ ਉੱਤੇ ਕੁਝ ਵੀ ਬਾਏ ਕਰ ਸਕਦੇ ਹੋ ਇਫ ਯੂ ਹੈਵ ਅ ਗੁੱਡ ਕ੍ਰੈਡਿਟ ਹਿਸਟਰੀ ਤੁਸੀਂ ਕੁਝ ਵੀ ਲੈ ਸਕਦੇ ਹੋ ਇੰਡੀਆ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਤੁਸੀਂ ਕ੍ਰੈਡਿਟ ਕਾਰਡ ਤੁਹਾਨੂੰ ਮਿਲ ਜਾਂਦਾ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਜੇ ਕ੍ਰੈਡਿਟ ਕਾਰਡ ਦੇ ਉੱਤੇ ਵੀ ਕੋਈ ਚੀਜ਼ ਲੈਣੀ ਹੈ ਤਾਂ ਉਹਦੇ 'ਚ ਵੀ ਤੁਹਾਨੂੰ ਟਾਈਮ ਲੱਗ ਜਾਂਦਾ ਦੈਟਸ ਨਾਟ ਦੈਟ ਮਚ ਈਜ਼ੀ ਕਿ ਤੁਸੀਂ ਗਏ ਤੇ ਤੁਸੀਂ ਕ੍ਰੈਡਿਟ ਚੈੱਕ ਕੀਤਾ ਤੇ ਤੁਸੀਂ ਚੀਜ਼ ਲੈ ਨੋ ਉੱਥੇ ਉਹ ਸਿਸਟਮ ਨਹੀਂ ਹੈਗਾ ਪਹਿਲੀ ਗੱਲ ਤਾਂ ਆਲਮੋਸਟ ਸਾਰਿਆਂ ਨੂੰ ਕ੍ਰੈਡਿਟ ਕਾਰਡ ਮਿਲਦੇ ਹੀ ਨਹੀਂ ਰੀਜ਼ਨ ਕਿ ਉਹਨਾਂ ਨੂੰ ਉਹ ਕਹਿੰਦੇ ਵੀ ਇਨਕਮ ਇਨਕਮ ਕੀ ਹੈ ਤੁਹਾਡੀ ਜਿਹਦੇ ਬੇਸਿਸ ਤੇ ਅਸੀਂ ਕ੍ਰੈਡਿਟ ਕਾਰਡ ਦਈਏ ਤੇ ਉਹ ਇਨਕਮ ਹੈ ਹੀ ਨਹੀਂ ਤਾਂ ਕ੍ਰੈਡਿਟ ਕਾਰਡ ਆਬਵੀਅਸਲੀ ਮਿਲੂਗਾ ਕੈਨੇਡਾ ਦੇ ਵਿੱਚ ਤੁਸੀਂ 1.5-2 ਲੱਖ ਦਾ ਆਈਫੋਨ ਹੈ ਲੱਖ ਦਾ ਆਈਫੋਨ ਹੈ ਤੁਸੀਂ ਈਜ਼ੀਲੀ ਬਾਈ ਕਰ ਸਕਦੇ ਹੋ ਕਾਰ ਹੈ ਤੁਸੀਂ 25 30 ਲੱਖ ਵਾਲੀ ਕਾਰ इजीली ਬਾਈ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ ਸਿਰਫ ਉਹਦੇ ਲਈ ਤੁਹਾਨੂੰ ਆਬਵੀਅਸ ਹੈ ਤੁਸੀਂ ਉਹਦੇ ਲਈ ਪੇ ਕਰਨਾ ਹੈ ਤਾਂ ਤੁਹਾਨੂੰ ਵਰਕ ਕਰਨਾ ਪਊਗਾ ਠੀਕ ਹੈ ਘਰ ਹੈ 14 15 ਮਿਲੀਅਨ ਦਾ ਘਰ ਲੋਕ ਇੱਥੇ ਲੈਂਦੇ ਆ ਮੈਂ ਆਪਦੀ ਅੱਖਾਂ ਨਾਲ ਦੇਖਿਆ ਮੇਰੀ ਲੋਕਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ इजीली ਲੈ ਲਿਆ ਸਾਡੀਆਂ ਕਿਸ਼ਤਾਂ ਜਾ ਰਹੀਆਂ ਜਾਂ ਵੀ ਹੈਵ ਟੂ ਵਰਕ ਬਟ ਉਹਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡਾ ਘਰ ਆਫ ਦਾ ਹੋ ਗਿਆ ਇੱਕ ਪ੍ਰਾਪਰਟੀ ਬਣ ਗਈ ਇੱਕ ਐਸੈਟ ਬਣ ਗਿਆ ਉਹਦੇ ਤਾ ਇਹ ਚੀਜ਼ ਸਭ ਤੋਂ ਵੱਡੀ ਹੈ ਮੈਟਰ ਕਰਦੀ ਹੈ ਜਿਹੜੀ ਕਿ ਤੁਸੀਂ ਆਪਦੇ ਫਿਊਚਰ ਨੂੰ ਦੇਖ ਕੇ ਕਿ ਕੀ ਕੀ ਚੀਜ਼ਾਂ ਤੁਸੀਂ ਮਤਲਬ ਕਿ ਬਾਈ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਆਪਦੀ ਲਾਈਫ ਨੂੰ ਇੱਥੇ ਚਲਾ ਸਕਦੇ ਹੋ ਉਹਦੇ ਕਰਕੇ ਤੁਹਾਨੂੰ ਮੂਵ ਹੋਣਾ ਚਾਹੀਦਾ ਕੈਨੇਡਾ ਸੈਕੰਡ ਥਿੰਗ ਹੈਗੀ ਹੈ ਉਹ ਹੈ ਕਿ ਤੁਹਾਨੂੰ ਡਾਈਵਰਸ ਕਲਚਰ ਇੱਥੇ ਮਿਲਦਾ ਹੈ ਕੈਨੇਡਾ ਦੇ ਵਿੱਚ ਹਿਊਮਨ ਰਾਈਟਸ ਜਿਹੜੀਆਂ ਥੋਡੀਆਂ ਨੇ ਉਹ ਇੱਕ ਸਿਕਿਉਰਡ ਨੇ ਕੋਈ ਬੰਦਾ ਤੁਹਾਨੂੰ ਆ ਕੇ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਐ ਕਿਉਂ ਕਰ ਰਹੇ ਹੋ ਨਹੀਂ ਇੱਥੇ ਕੈਨੇਡਾ ਦੇ ਵਿੱਚ ਕੋਈ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਤੁਸੀਂ ਆਪਦੀ ਲਾਈਫ ਨੂੰ ਆਪਦੇ ਵੇ ਨਾਲ ਆਪਦੇ ਤਰੀਕਿਆਂ ਨਾਲ ਆਪਦੇ ਥੌਟਸ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਇੱਕ ਚੀਜ਼ ਦਾ ਇੱਕ ਪ੍ਰੋਪਰ ਸਿਸਟਮ ਹੈ ਇੱਥੇ ਜਿਹੜਾ ਕਿ ਤੁਸੀਂ ਜੇ ਇੱਥੋਂ ਦੇ ਕਲਚਰ ਦੇ ਵਿੱਚ ਜਾਣੇ ਹੋ ਜਾਂ ਇੱਥੋਂ ਦੇ ਲੋਕਾਂ ਨਾਲ ਮਿਲਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਇੱਥੋਂ ਦੇ ਲੋਕ ਉਸ ਟਾਈਪ ਦੇ ਹੈ ਹੀ ਨਹੀਂਗੇ ਦੇ ਡਸਨਟ ਕੇਅਰ ਅਬਾਊਟ ਐਨੀ ਅਦਰ ਪਰਸਨ ਉਹਨਾਂ ਨੂੰ ਸਿਰਫ ਆਪਦੇ ਨਾਲ ਮਤਲਬ ਹੈ that's it ਮੈਂ ਕੀ ਕਮਾ ਰਿਹਾ ਉਹ ਮੈਨੂੰ ਮਤਲਬ ਹੈ ਮੇਰੇ ਨਾਲ ਵਾਲੇ ਨੂੰ ਮੇਰੇ ਗਵੰਡੀ ਨੂੰ ਮੇਰੇ ਪੜੋਸੀ ਨੂੰ ਮੇਰੇ ਰਿਸ਼ਤੇਦਾਰ ਨੂੰ ਕੈਨੇਡਾ ਦੇ ਵਿੱਚ ਰਿਸ਼ਤੇਦਾਰਾਂ ਨੂੰ ਵੀ ਮਤਲਬ ਨਹੀਂ ਹੈਗਾ ਇਵਨ ਦੋ ਅਗਰ ਰੀਅਲ ਬ੍ਰਦਰਸ ਆੜਿਆ ਤਾਂ ਉਹਨਾਂ ਨੂੰ ਵੀ ਮਤਲਬ ਨਹੀਂ ਹੈਗਾ ਇਫ ਵਨ ਪਰਸਨ ਇਜ਼ ਅਰਨਿੰਗ ਲਾਈਕ 1 ਲੱਖ ਪਰ ਇਅਰ ਤਾਂ ਦੂਜਾ ਜਿਹੜਾ ਬ੍ਰਦਰ ਆ 70000 ਪਰ ਇਅਰ ਕਰ ਰਿਹਾ ਡਸਨਟ ਮੈਟਰ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਦਾ ਉਹ ਚੀਜ਼ ਮੈਟਰ ਕਰਦੀ ਹੈ ਕਲਚਰ ਬਹੁਤ ਜ਼ਿਆਦਾ ਹੈ ਬਹੁਤ ਤਰ੍ਹਾਂ ਦੇ ਲੋਕ ਤੁਹਾਨੂੰ ਇੱਥੇ ਮਿਲਣ ਦੇਖਣ ਨੂੰ ਮਿਲਦੇ ਆ ਠੀਕ ਹੈ ਤੁਸੀਂ ਉਹਨਾਂ ਨਾਲ ਆਪਦੀਆਂ ਥਾਟਸ ਆਫ ਦੀ ਜਿਹੜੀ ਲਾਈਫ ਦੇ ਐਕਸਪੀਰੀਅੰਸਸ ਸ਼ੇਅਰ ਕਰਦੇ ਹੋ ਬਹੁਤ ਵਧੀਆ ਮਤਲਬ ਤੁਹਾਨੂੰ ਇੱਕ ਵਾਈਬ ਆਉਂਦੀ ਹੈ ਅ ਤੀਜੀ ਜਿਹੜੀ ਮੈਂ ਗੱਲ ਕਰੂੰਗਾ ਉਹ ਕਰੂੰਗਾ ਕਿ ਬਾਕੀ ਕੰਟਰੀਜ਼ ਵੀ ਹੈਗੀਆਂ ਜਿਹੜੀਆਂ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਨੂੰ ਸਾਧਦੀਆਂ ਸਟੂਡੈਂਟ ਹੋ ਗਏ ਜਾਂ ਇੰਟਰਨੈਸ਼ਨਲ ਮਾਈਗ੍ਰੈਂਟਸ ਹੋ ਗਏ ਕੁਝ ਵੀ ਹੈ ਉਹਨਾਂ ਨੂੰ ਸਾਧਦੀਆਂ ਬਟ ਉਹ ਪੀਆਰ ਈਜ਼ੀ ਨਹੀਂ ਦਿੰਦੀਆਂ ਕੈਨੇਡਾ ਇਜ਼ ਦਾ ਓਨਲੀ ਵਨ ਜਿਹੜੀ ਕਿ ਤੁਹਾਨੂੰ ਪੀਆਰ ਬਹੁਤ ਈਜ਼ੀਲੀ ਦੇ ਦਿੰਦੀ ਹੈ ਹਜੇ ਤੱਕ ਦੇ ਰਹੀ ਹੈ ਹੋਪ ਸੋ ਆਉਣ ਵਾਲੇ 3-4 ਸਾਲ 5 ਸਾਲ ਤੱਕ ਈਜ਼ੀਲੀ ਦੇਊਗੀ ਜਿੰਨਾ ਚਿਰ ਆਪਣੇ ਟਰੂਡੋ ਸਾਹਿਬ ਬੈਠੇ ਆ ਉਹਨਾਂ ਚਿਰ ਤਾਂ ਈਜ਼ੀਲੀ ਮਿਲੂਗੀ ਉਹ ਤੋਂ ਬਾਅਦ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਜੇ ਤਾਂ ਜੇ ਬਟ ਇਫ ਯੂ ਗਾਟ ਪੀਆਰ ਇਨ ਕੈਨੇਡਾ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਊਚਰ ਦੇ ਵਿੱਚ ਇਥੇ ਰਹਿਣ ਚ ਫੋਰਥ ਥਿੰਗ ਹੈਗੀ ਹੈ ਜਿਹੜੀ ਉਹ ਹੈਗੀ ਹੈ ਕਿ ਇੱਕ ਬਹੁਤ ਹੀ ਸਿੰਪਲ ਤੇ ਬਹੁਤ ਹੀ ਈਜ਼ੀ ਵੇ ਹੈ ਕੈਨੇਡਾ ਦੇ ਵਿੱਚ ਮੂਵ ਹੋਣ ਦਾ ਥੈਟ ਇਜ਼ ਸਟੱਡੀ ਪਰਮਿਟ ਸਟੱਡੀ ਪਰਮਿਟ ਇੱਕ ਐਸੀ ਚੀਜ਼ ਹੈ ਜਿਹੜੀ ਕਿ ਤੁਸੀਂ ਆਹ ਦੀ ਗ੍ਰੈਜੂਏਸ਼ਨ ਤੋਂ ਬਾਅਦ ਕੈਰੀਅਰ ਸੈੱਟ ਕਰਨ ਲਈ ਜਾਂ ਪਲੱਸ 2 ਤੋਂ ਬਾਅਦ ਕੈਰੀਅਰ ਸੈੱਟ ਕਰਨ ਦੇ ਲਈ ਈਜ਼ੀਲੀ ਅਪਲਾਈ ਕਰ ਸਕਦੇ ਹੋ ਸਿੰਪਲ ਪ੍ਰੋਸੈਸ ਹੈ ਇਹ ਸੀਰੀਜ਼ ਦੇ ਵਿੱਚ ਆਪਾਂ ਉਹਦੇ ਬਾਰੇ ਸਾਰੇ ਡਿਸਕਸ਼ਨ ਕਰਾਂਗੇ ਕਿ ਤੁਸੀਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕਿਵੇਂ ਮਾਈਗ੍ਰੇਟ ਕਰ ਸਕਦੇ ਹੋ ਇੰਡੀਆ ਟੂ ਕੈਨੇਡਾ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੱਸੂਗਾ ਮੈਂ ਤੁਹਾਨੂੰ ਵੀ ਕੀ ਪ੍ਰੋਸੈਸ ਹੁੰਦਾ ਕਿਵੇਂ ਤੁਸੀਂ ਸਾਰੀਆਂ ਚੀਜ਼ਾਂ ਕਰਨੀਆਂ ਤਾਂ ਜਿੰਨਾ ਮੈਨੂੰ ਐਕਸਪੀਰੀਅੰਸ ਹੈ ਉਸ ਹਾਮਨਾ ਮੈਂ ਉਹ ਚੀਜ਼ਾਂ ਸ਼ੇਅਰ ਕਰੂੰਗਾ ਇਹ ਚਾਰ ਰੀਜਨਸ ਨੇ ਜੀਤੇ ਕਰਕੇ ਕੀ ਤੁਹਾਨੂੰ ਕੈਨੇਡਾ ਮੂਵ ਹੋਣਾ ਚਾਹੀਦਾ ਮੂਵਿੰਗ ਟੂ ਦ ਸੈਕੰਡ ਕੁਐਸ਼ਨ ਉਹ ਹੈਗਾ ਕੀ ਕਦੋਂ ਤੁਹਾਨੂੰ ਮੂਵ ਹੋਣਾ ਚਾਹੀਦਾ ਕੈਨੇਡਾ ਪਲੱਸ 2 ਤੋਂ ਬਾਅਦ ਹੋਣਾ ਚਾਹੀਦਾ ਆਫਟਰ ਗ੍ਰੈਜੂਏਸ਼ਨ ਹੋਣਾ ਚਾਹੀਦਾ 4-5 ਸਾਲ ਉੱਥੇ ਕੰਮ ਕਰਨ ਤੋਂ ਬਾਅਦ ਹੋਣਾ ਚਾਹੀਦਾ ਜਾਂ ਪਲੱਸ 40 ਜਾਂ 15 ਪਲੱਸ 40 ਜਾਂ 45 ਤੋਂ ਬਾਅਦ ਹੋਣਾ ਚਾਹੀਦਾ ਇਹਦੇ ਵਿੱਚ ਕਾਫੀ ਗੱਲਾਂ ਨੇ ਹਰ ਇੱਕ ਬੰਦੇ ਦਾ ਥਾਟ ਪੁਆਇੰਟ ਜੋ ਮੈਂ ਮੈ ਤੁਹਾਨੂੰ ਦੱਸਿਆ ਵੀ ਆਡਾ ਆਡਾ ਡਿਫਰੈਂਟ ਹੈ ਮੇਰੀ ਪਰਸਨਲ ਐਡਵਾਈਸ ਇਹ ਹੈ ਵੀ ਤੁਸੀਂ ਆਪਦੀ ਗ੍ਰੈਜੂਏਸ਼ਨ ਇੰਡੀਆ ਚ ਕਰੋ ਆਫਟਰ दैट ਤੁਸੀਂ ਉੱਥੇ ਇੱਕ ਜਾਂ ਦੋ ਸਾਲ ਦਾ ਐਕਸਪੀਰੀਅੰਸ ਲਓ ਐਂਡ ਉਸ ਤੋਂ ਬਾਅਦ ਮੂਵ ਹੋ ਜਾਓ ਰੀਜ਼ਨ ਤੁਹਾਨੂੰ ਪੀਆਰਈਜ਼ੀ ਮਿਲ ਜੂ ਸਟੱਡੀ ਕਰਨ ਦੇ ਵਿੱਚ ਦਿੱਕਤ ਨਹੀਂ ਆਉਣੀ ਹੋ ਸਕਦਾ ਤੁਹਾਨੂੰ ਹੋਮ ਸਿਕਨੈਸ ਨਾ ਹੋਵੇ ਮੈਨੂੰ ਬਹੁਤ ਹੋਈ ਸੀ ਮੈਨੂੰ ਹਜੇ ਵੀ ਹੁੰਦੀ ਹੈ ਤੇ ਮੈਂ ਹਜੇ ਵੀ ਫੈਮਿਲੀ ਬਹੁਤ ਮਿਸ ਕਰਦਾ ਸਾਰੇ ਕਰਦੇ ਆ ਕੋਈ ਇਹਦੇ ਚ ਕੋਈ ਇਹ ਮ ਇਹ ਨਹੀਂ ਹੈਗਾ ਵੀ ਉਹ ਕੱਲਾ ਮੈਂ ਹੀ ਕਰਦਾ ਫੈਮਲੀ ਸਾਰਿਆਂ ਨੂੰ ਪਿਆਰੀ ਸਭ ਕਰਦੇ ਬਟ ਗ੍ਰੈਜੂਏਸ਼ਨ ਤੋਂ ਬਾਅਦ ਤੂੰ ਤੁਹਾਡੇ ਕੋਲੇ ਇੱਕ ਕਹਿਦੇ ਹੋ ਤੁਸੀਂ ਵੀ ਇੱਕ ਅ ਮਾਈਂਡ ਥੋੜਾ ਥੋੜਾ ਇਹ ਇਹ ਜਿਹਾ ਹੁੰਦਾ ਹੈ ਕਿ ਤੁਸੀਂ ਡਿਸੀਜਨ ਥੋੜੇ ਸੋਚ ਸਮਝ ਕੇ ਵਿਚਾਰ ਕੇ ਲੈ ਸਕਦੇ ਆਂ ਆਈ ਨਹੀਂ ਹੈਗਾ ਵੀ ਤੁਹਾਡਾ ਇੱਥੇ ਆ ਕੇ ਮਨ ਨਹੀਂ ਲੱਗਿਆ ਤੁਸੀਂ ਮਹੀਨੇ ਬਾਅਦ ਕਹਿ ਰਹੇ ਹੋ ਮੈਂ ਤਾਂ ਜਾਣਾ ਮੈਂ ਚੱਲਿਆ ਉਹ ਚੀਜ਼ ਮੇਰੇ ਮੇਰੇ ਵੀ ਦਿਮਾਗ ਚ ਆਈ ਸੀਗੀ ਵੀ ਮੈਂ ਮਹੀਨੇ ਬਾਅਦ ਮੁੜਨਾ ਹੈ ਮੈਂ ਨਹੀਂ ਰਹਿਣਾ ਮੈਂ ਜਾਣਾ ਵਾਪਸ ਬਟ ਆਪਦੇ ਮਾਈਂਡ ਨੂੰ ਕਿਉਂਕਿ ਮੈਂ ਉਥੋਂ ਗ੍ਰੈਜੂਏਸ਼ਨ ਕਰਕੇ ਆਇਆ ਸੀ 2 ਸਾਲ ਦਾ ਐਕਸਪੀਰੀਅੰਸ ਲੈ ਕੇ ਆਇਆ ਸੀਗਾ ਜੌਬ ਦੇ ਵਿੱਚ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ ਨੂੰ ਮੈਂ ਆਪਣੇ ਆਪ ਦਿਮਾਗ ਦੇ ਵਿੱਚ ਕਿਸੇ ਤਰੀਕੇ ਨਾਲ ਸੈਟਲ ਡਾਊਨ ਕੀਤਾ ਵੀ ਨਹੀਂ ਕੁਝ ਟਾਈਮ ਰਹਿਨੇ ਆ ਦੇਖਦੇ ਆ ਕਲਚਰ ਐਕਸਪਲੋਰ ਕਰਦੇ ਆ ਕੰਟਰੀ ਐਕਸਪਲੋਰ ਕਰਦੇ ਆ ਉਦੋਂ ਬਾਅਦ ਚ ਦੇਖਾਂਗੇ ਬਟ ਪਲੱਸ 2 ਵਾਲਾ ਬੱਚਾ ਇੰਨਾ ਮੈਚੁਰ ਨਹੀਂ ਹੁੰਦਾ ਕਿ ਉਹ ਐਡੇ ਵਾਈਟ ਡਿਸੀਜਨ ਲੈ ਸਕੇ ਉਹ ਆਪਦੇ ਮਨ ਨੂੰ ਇੰਨਾ ਮਜ਼ਬੂਤ ਕਰ ਲਈ ਹਰ ਇੱਕ ਸਟੂਡੈਂਟ ਇੱਥੇ ਆ ਕੇ ਰੋਂਦਾ ਹੈ ਸ਼ੁਰੂ ਦੇ ਵਿੱਚ ਕੋਈ ਇਹੋ ਜਿਹਾ ਸਟੂਡੈਂਟ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਪਰਸਨਲੀ ਜਿਹਨੂੰ ਫ੍ਰੀडम ਮਿਲੀ ਹੈ ਇੰਡੀਆ 'ਚ ਜਾਂ ਨਹੀਂ ਮਿਲੀ ਜਾਊਂ ਇੱਥੇ ਆ ਕੇ ਮਿਲ ਗਈ ਯੋਗ ਕਰਦਿਆਂ ਨੂੰ ਮਿਸ ਨਾ ਕਰੇ ਕੋਈ ਬੰਦਾ ਇਹੋ ਜਿਹਾ ਨਹੀਂ ਹੁੰਦਾ ਸਭ ਕਰਦਿਆਂ ਨੂੰ ਫੈਮਿਲੀ ਨੂੰ ਮਿਸ ਕਰਦੇ ਆ ਬਟ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਥੋੜੇ ਜਿਹਾ ਮੈਚੁਰ ਹੋ ਜਾਂਦੇ ਹੋ ਪਲੱਸ 2 ਤੋਂ ਬਾਅਦ ਚਾਹੁੰਦਾ ਤੁਹਾਨੂੰ ਬੈਨੀਫਿਟ ਇਹ ਹੈ ਵੀ ਤੁਹਾਡਾ ਕਰੀਅਰ ਹੈ ਜਿਹੜਾ ਉਹ ਟਾਈਮ ਨਾਲ ਸੈੱਟ ਹੋ ਜਾਂਦਾ ਬਹੁਤ ਜ਼ਿਆਦਾ ਟਾਈਮ ਨਹੀਂ ਪੈਂਦਾ ਵੀ ਤੁਹਾਨੂੰ ਬਹੁਤ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਪੈਂਦੀ ਤੁਸੀਂ ਪਲੱਸ 2 ਕੀਤੀ ਆਪਦੀ ਉਹ ਤੋਂ ਬਾਅਦ ਦੇ ਵਿੱਚ ਕੈਨੇਡਾ ਮੂਵ ਹੋਗੇ ਤੁਸੀਂ ਆਪ ਦਾ ਕੋਈ 2 ਇਅਰਸ ਡਿਪਲੋਮਾ ਲਿਆ 3 ਇਅਰਸ ਵਰਕ ਪਰਮਿਟ ਲਿਆ ਤੇ PR ਦੇ ਬਾਰੇ ਸੋਚਿਆ ਤੇ ਵੈਲ ਸੈਟਲ ਜੋਬ ਕਰ ਲਈ ਗ੍ਰੈਜੂਏਸ਼ਨ ਤੋਂ ਬਾਅਦ ਥੋੜਾ ਜਿਹਾ ਤੁਹਾਨੂੰ ਇਹ ਹੋ ਜਾਂਦਾ ਵੀ ਥੋੜਾ ਜਿਹਾ ਥੋੜਾ ਇਹ ਪ੍ਰੋਸੈਸ ਥੋੜਾ ਸਿੰਪਲ ਹੋ ਜਾਂਦਾ ਕਿਉਂਕਿ ਤੁਸੀਂ ਆਲਰੇਡੀ ਇੰਡੀਆ ਸਟੱਡੀ ਵਧੀਆ ਕੀਤੀ ਹੋਈ ਹੈ ਉਹ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲੇ ਵਰਕ ਐਕਸਪੀਰੀਅੰਸ ਹੈ ਤਾਂ ਜੋਬ ਵਗੈਰਾ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਆਉਂਦੀ ਅ ਥਰਡ ਕੁਐਸਚਨ ਹੈ ਜਿਹੜਾ ਉਹ ਹੈਗਾ ਕਿ ਵੇਜ਼ ਟੂ ਮੂਵ ਕੈਨੇਡਾ ਬਹੁਤ ਵੇਜ਼ ਨੇ ਕੈਨੇਡਾ ਮੂਵ ਹੋਣ ਦੇ ਬਹੁਤ ਤਰ੍ਹਾਂ ਦੇ ਵੇਜ਼ ਨੇ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਰੂਟਸ ਨੇ ਕੈਨੇਡਾ ਆਉਣ ਦੇ ਉਹਦੇ ਬਾਰੇ ਆਪਾਂ ਸੈਕਿੰਡ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੈਕਿੰਡ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਦੋ ਕੁਐਸਚਨ ਪੈਂਡਿੰਗ ਹੈ ਜਿਹੜੇ ਕਿ ਆਪਾਂ ਸੈਕਿੰਡ ਕੁਐਸਚਨ ਸੈਕਿੰਡ ਵੀਡੀਓਜ਼ ਦੇ ਵਿੱਚ ਐਡ ਕਰ ਡਿਸਕਸ ਕਰਾਂਗੇ ਕਿ ਵੇਜ਼ ਟੂ ਮੂਵ ਟੂ ਕੈਨੇਡਾ ਤੇ ਪ੍ਰੋਸੈਸ ਟੂ ਮੂਵ ਟੂ ਕੈਨੇਡਾ ਇਹ ਦੋਵੇਂ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਉਹ ਤੋਂ ਬਾਅਦ ਦੇ ਵਿੱਚ ਮੈਂ ਇਹਦੀਆਂ ਸੀਰੀਜ਼ ਬਣਾਉਂਦਾ ਜਾਊਂਗਾ ਤੁਹਾਨੂੰ ਐਕਸਪਲੇਨ ਕਰਦਾ ਜਾਊਂਗਾ ਕਿ ਸਟੱਡੀ ਵੀਜ਼ਾ ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ ਕੀ ਤੁਹਾਡਾ ਪ੍ਰੋਸੈਸ ਹੋਊਗਾ ਕੀ ਤੁਹਾਡੀਆਂ ਰਿਕੁਆਇਰਮੈਂਟਸ ਹੋਣਗੀਆਂ ਸਟੱਡੀ ਵੀਜ਼ਾ ਗੁੱਡ ਹੈ ਜਾਂ ਨਹੀਂ ਕਿਵੇਂ ਤੁਸੀਂ ਕਾਲਜ ਚੂਜ਼ ਕਰਨਾ ਹੈ ਕਿਵੇਂ ਤੁਸੀਂ ਕੋਰਸ ਚੂਜ਼ ਕਰਨਾ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓਜ਼ ਦੇ ਵਿੱਚ ਅੱਗੇ ਜਿਵੇਂ ਜਿਵੇਂ ਐਪੀਸੋਡਸ ਬਣਾਉਂਦਾ ਜਾਊਂਗਾ ਤੁਹਾਨੂੰ ਦੱਸਦਾ ਜਾਊਂਗਾ ਸੋ ਦੈਟਸ 올 ਫॉर ਟੂਡੇਜ਼ ਵੀਡੀਓ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਸਟੇ ਟਿਊਨ ਟਿਲ ਦੀ ਨੈਕਸਟ ਵੀਡੀਓ